ਹਾਂਜੀ ਕਿਵੇਂ ਹੋ ਸਾਰੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਫੋਰਡ 3600 ਕੱਲ ਆਪਾਂ ਉਹਦੇ ਜਲੰਧਰੋਂ ਟਾਇਰ ਪਵਾ ਕੇ ਆਏ ਸੀਗੇ ਟਾਇਰ ਪਵਾਏ ਆਪਾਂ 750 16 MRL ਦੇ ਬਾਕੀ ਤੁਹਾਨੂੰ ਦਿਖਾਉਣੇ ਆ ਚੈੱਕ ਕਰੋ ਆ ਆਪਣਾ ਫੋਰਡ 3600 ਇਹ ਮੇਰੇ ਮਾਮੇ ਦੇ ਮੁੰਡੇ ਦਾ ਵਾ ਆਪਣਾ ਹੀ ਸਮਝੋ ਤੁਸੀਂ ਟਾਇਰ ਆਪਾਂ ਇਹ ਪਵਾਏ ਸੀਗੇ ਨਾਲ ਹੀ ਆਪਾਂ ਰੈਮ ਵੀ ਚੇਂਜ ਕਰਵਾਤੇ ਰੈਮਾਂ ਫਾਰਮ ਟਰੈਕ ਕਲਾਸਿਕ ਦੇ ਜਿਹੜੇ ਆਪਣੇ ਵਾਲੇ ਨੂੰ ਆਣਾ ਸੇਮ ਉਹੀ ਆ ਟਾਇਰ ਵੀ ਉਹੀ ਆ ਪਰ ਆਪਣੇ ਕੰਪਨੀ ਦਾ ਫਰਕ ਆ ਇਹ ਹੈਗੀ MRL ਆਪਣੇ ਹੈਗੇ BKD ਦੇ ਪਏ ਆ BKD ਦੇ ਥੋੜ੍ਹੇ ਜਿਹੇ ਚੌੜੇ ਆ ਇਹ ਥੋੜ੍ਹੇ ਜਿਹੇ ਘੁੱਟਵੇਂ ਆ ਮਤਲਬ ਥੋੜ੍ਹੇ ਜਿਹੇ ਉਹ ਚੌੜੇ ਆ ਇਹਨੂੰ ਜ਼ਿਆਦਾ ਚੌੜੇ ਆ ਥੋੜ੍ਹੇ BKD ਦੇ ਇਹਦੀ ਕੰਪਨੀ ਹੈਗੀ MRL 750 16 ਦੇ ਟਾਇਰ ਆ ਅਤੇ ਕੋਸਟਿੰਗ ਆਪਾਂ ਨੂੰ ਪਈ ਆ 9000 ਦੇ ਟਾਇਰ ਪਏ ਆ ਅਤੇ ਆਪਾਂ ਨੂੰ ਰੈਮ ਸਮੇਤ ਪੈ ਗਏ ਆ 5000 ਦੇ ਆਪਾਂ ਨੂੰ ਰੈਮ ਮਿਲੇ ਸੀਗੇ ਜਿਹੜੇ ਫਾਰਮ ਟਰੱਕ ਦੇ ਕਲਾਸਿਕ ਦੇ ਆ 9000 ਦੇ ਟਾਇਰ ਪੈ ਗਏ ਆ ਬਾਕੀ ਹੋਰ ਵੀ ਮੋਟੀਵੇਸ਼ਨ ਬਹੁਤ ਹੋਣੀ ਹੈ ਫੋਰਡ 3600 ਦੇ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਇਹਨੂੰ ਪਾਵਰ ਸਟੇਅਰਿੰਗ ਕਰਨਾ ਵਾ ਚੈੱਕ ਕਰੋ ਸੈਸ਼ਨ ਸਿਸਟਮ ਲੱਗਾ ਪੂਰਾ ਘੈਂਟ ਆ ਟਾਇਰ ਚੈੱਕ ਕਰੋ ਤੁਸੀਂ ਕਿੱਦਾਂ ਇਹ ਲੁੱਕ ਆਉਂਦੀ ਆ ਦੇਖੋ ਹਾਂ ਵੀ ਕਿਵੇਂ ਆ ਕਿੱਦਾਂ ਦੇ ਲੱਗੇ ਟਾਇਰ ਆਹ ਮੁੰਡੇ ਨੇ ਟਾਇਰ ਪਵਾਏ ਆ ਇਹ ਮੇਰੇ ਮਾਮੇ ਦਾ ਮੁੰਡਾ ਵਾ ਮਾਮੇ ਦੇ ਮੁੰਡੇ ਦਾ ਮੁੰਡਾ ਹੈ ਕਿੱਦਾਂ ਦੇ ਲੱਗੇ ਟਾਇਰ ਵਧੀਆ ਲੱਗੇ ਵਧੀਆ ਵਾ ਚੈੱਕ ਕਰੋ ਤੁਸੀਂ ਬ੍ਰੈਂਡਮੈਂਟ ਕਰਾ ਲਈ ਹਾਂ ਸਵੇਰੇ ਕਰਾ ਲਈ ਬਾਕੀ ਇਹਦੇ ਵਿੱਚ ਤੁਹਾਨੂੰ ਸਪੇਸ ਦਿਖਾਉਂਦੇ ਹਾਂ ਕਿੰਨੀ ਹੁਣ ਰਹਿ ਗਈ ਆ ਆਪਣੇ ਵਾਲੀ ਸਪੇਸ ਫੇਰ ਵੀ ਘੱਟ ਹੀ ਹੈ ਅਤੇ ਸਪੈਂਡਲ ਵਾਲੀ ਸਪੇਸ ਦੇਖੋ ਬਹੁਤ ਆ ਮਤਲਬ 3 ਉਂਗਲਾਂ ਤੋਂ ਜ਼ਿਆਦਾ ਹੀ ਆ ਸਪੇਸ ਆਪਾਂ ਪਾਵਰ ਕਰਾਉਣਾ ਨਾ ਹਲੇ ਪਾਵਰ ਸਟੀਅਰਿੰਗ ਵੀ ਕਰਾ ਦੇਣਾ ਉਹਦੀ ਵੀਡੀਓ ਆਪਾਂ ਅਪਲੋਡ ਕਰਾਂਗੇ ਜਦੋਂ ਪਾਵਰ ਸਟੀਅਰਿੰਗ ਹੋ ਗਿਆ ਫਿਲਹਾਲ ਤਾਂ ਆਪਾਂ ਇਹ ਟਾਇਰ ਪਵਾਏ ਆ ਰੈਮ ਵੀ ਆਪਾਂ ਨਵੇਂ ਕਲਾਸਿਕ ਵਾਲੇ ਪਵਾਤੇ ਆ ਪਾਵਰ ਸਟੀਅਰਿੰਗ ਹੁਣ ਦੇਖਦੇ ਹਾਂ ਓਰੀਜਨਲ ਹਿੱਸੇ 'ਤੇ ਕਰਾਵਾਂਗੇ ਅਤੇ ਜਾਂ ਆਪਾਂ 60 ਦਾ T20 ਵਾਲਾ ਹਿੱਸਾ ਲਾਵਾਂਗੇ ਉਹ ਆਪਾਂ ਚੈੱਕ ਕਰਾਂਗੇ ਦੇਖਦੇ ਹਾਂ ਬਾਕੀ ਚੈੱਕ ਕਰੋ ਸੈਸ਼ਨ ਹੁਸਨ ਫੁੱਲ ਲੱਗਾ ਪਿਆ ਬੂਫਰ ਬਾਫਰ ਇੱਕ ਵਾਰ ਬਾਹਰ ਸੁਣਾ ਦੇ ਹੁਣ ਸੀਟੀ ਵੀ ਲਵਾਈ ਆ ਪੂਰੀਆਂ ਸੀਟੀਆਂ ਮਾਰਦਾ ਅੱਗੇ ਅੱਗੇ ਲੈ ਆ ਲੈ ਲੈ ਆ ਚੈੱਕ ਕਰੋ ਸੀਟੀਆਂ ਆਪਾਂ ਜਿਹੜੀ ਫਾਰਮ ਟਰੈਕ ਨੂੰ ਸੀਟੀ ਲਾਈ ਹੈ ਨਾ ਮਾਰਦਾ ਬੋਰ ਸੀਟੀਆਂ ਬਾਕੀ ਇਹਦੀ ਬੰਪਰ ਬੰਪਰ ਹੀ ਬਦਲਾ ਦਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮੋਡੀਫਿਕੇਸ਼ਨ ਇਹਦੀ ਕਰਾਵਾਂਗੇ ਹੋਰ ਵੀ ਇੱਦਾਂ ਦੇ ਵੀਡੀਓ ਪਾਵਾਂਗੇ ਪਾਵਰ ਸਟੀਅਰਿੰਗ ਦੀ ਸਾਰਾ ਕੁਛ ਸਾਰੀ ਮੋਟੀਵੇਸ਼ਨ ਜਿਹੜੀ ਪਾਵਾਂਗੇ ਆਪਾਂ ਵੀਡੀਓ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ